ਬੱਚਿਆਂ ਦਾ ਸਕੂਲ ਤੋਂ ਕੈਂਪ ਆਇਆ ਹੋਇਆ ਬਹੁਤ ਹੀ ਸੋਹਣੀ ਜਗ੍ਹਾ ਤੇ ਬਹੁਤ ਹੀ ਮਜ਼ਾ ਆ ਰਿਹਾ ਪੂਰੀ ਵੀਡੀਓ ਦੇਖਿਓ ਤੇ ਇੰਜੋਏ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਦੇ ਪੈਰੀ ਪੈਂਦੇ ਹਾਂ ਉਮੀਦ ਕਰਦੇ ਹਾਂ ਸਾਰੇ ਤਕੜੇ ਹੋ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਰਮਾਨ ਤੁਹਾਨੂੰ ਲਾਸਟ ਵੀਡੀਓ 'ਤੇ ਪਤਾ ਲੱਗ ਗਿਆ ਹੋਣਾ ਵੀ ਕੈਂਪ 'ਤੇ ਗਿਆ ਹੋਇਆ ਸਕੂਲ ਵੱਲੋਂ ਹੈ ਨਾ 3 ਦਿਨ ਦਾ ਕੈਂਪ ਆ ਮਤਲਬ ਜਿਵੇਂ ਆਪਾਂ ਇੰਡੀਆ ਨਹੀਂ ਸੀ ਛੋਟੇ ਹੁੰਦੇ ਸਕੂਲ ਔਰਗਨਾਈਜ਼ ਕਰਦਾ ਹੁੰਦੇ ਟ੍ਰਿਪ ਆਪਾਂ ਉੱਥੇ ਜਾਂਦੇ ਹੁੰਦੇ ਸੀਗੇ ਅਰਮਾਨ ਦਾ ਉਹ ਟ੍ਰਿਪ ਗਿਆ ਹੋਇਆ ਤਾਂ ਅਸੀਂ ਪਹੁੰਚਣ ਵਾਲੇ ਹਾਂ ਉਸ ਜਗ੍ਹਾ 'ਤੇ ਉਹ ਮਨੀ ਉਹ ਕੀ ਆ ਉਹ ਕਿਸੇ ਦਾ ਲਾਨ ਮੋਵਰ ਆ ਜਿਵੇਂ ਦੂਜਾ ਰਿਮੋਟ ਵਾਲਾ ਆਪ ਹੀ ਲੱਗਿਆ ਹੋਇਆ ਕੱਟਣ ਉਹ ਦੇਖੀ ਇੱਕ ਮਿੰਟ ਤੁਹਾਨੂੰ ਦਿਖਾਵਾਂ ਆਹ ਦੇਖੋ ਉਹ ਟ੍ਰੀ ਦੇ ਥੱਲੇ ਵਧੀਆ ਆਟੋਮੈਟਿਕ ਹੈ ਫਸਟ ਟਾਈਮ ਦੇਖਿਆ ਆਇਆ ਉਹ ਤਾਂ ਵਧੀਆ ਚੀਜ਼ ਹੈ ਜੀ ਕਿਵੇਂ ਦਾ ਲੈ ਲੀਨਾ ਹੁਣ ਤਾਂ ਆਪਾਂ ਵੀ ਘਾਹ ਕੱਟ ਦਿਆ ਕਰਾਂਗੀਆਂ ਹੈ ਅਨੀ ਡੈਡਾ ਦੀ ਵੇਟ ਕਰੀ ਜਾਈਦੀ ਹੈ ਡੈਡਾ ਜੀ ਕੱਟਣ ਗਏ ਹਾਂਜੀ ਉਹ ਦੇਖੋ ਚੱਲਦਾ ਪਿਆ ਇਹਨਾਂ ਦੇ ਕਾਰ ਚੱਲ ਰਹੀ ਹੈ ਨਾਲੇ ਬੱਚਿਆਂ ਦੇ ਹੁਣ ਤੁਹਾਨੂੰ ਪਤਾ ਲੰਬੇ ਬਾਲ ਨੇ ਤਾਂ ਕਈ ਵਾਰ ਬਾਲ ਬੁਲ ਖਿੰਡੇ ਹੁੰਦੇ ਆ ਜੂੜਾ ਖੁੱਲ ਜਾਂਦਾ ਅਰਮਾਨ ਨੂੰ ਚੰਗੀ ਤਰ੍ਹਾਂ ਹਾਲੇ ਕਰਨਾ ਨਹੀਂ ਆਉਂਦਾ ਸੋ ਉਹ ਚੈੱਕ ਕਰ ਲਾਂਗੇ ਮੇਕ ਸ਼ੋਰ ਕਰ ਲਾਂਗੇ ਹੋਰ ਬੱਚੇ ਹੈਗੇ ਨੇ ਕਾਫੀ ਆਪਣੇ ਪੰਜਾਬੀ ਇਹਦੇ ਨਾਲ ਇਹਦੀ ਕਲਾਸ ਦੇ ਵਿੱਚ ਤਾਂ ਸਾਰਿਆਂ ਨੂੰ ਮਿਲ ਲਾਂਗੇ ਅਤੇ ਲੋਕੇਸ਼ਨ ਬਹੁਤ ਸੋਹਣੀ ਆ ਕੈਂਪ ਪਿੱਛੇ ਦੀ ਆ ਜਿਹੜਾ ਰਿਵਰ ਆ ਇਹ ਉਹਨਾਂ ਦੇ ਕੈਂਪ ਦੇ ਪਿੱਛੇ ਦੀ ਨਿਕਲਦੀ ਆ ਅਤੇ ਬੱਚਿਆਂ ਨੂੰ ਬਹੁਤ ਸਾਰੀਆਂ ਐਕਟੀਵਿਟੀਜ਼ ਵੀ ਕਰਾਉਂਦੇ ਤੁਹਾਨੂੰ ਸਾਰਾ ਕਵਰ ਕਰਕੇ ਦਿਖਾਊਂਗਾ ਬਹੁਤ ਸੋਹਣੀ ਜਗ੍ਹਾ ਵਾ ਉੱਦਾਂ ਵੀ ਜੇ ਘੁੰਮਣ ਫਿਰਨ ਆਉਣਾ ਹੋਵੇ ਨਾ ਤਾਂ ਬਹੁਤ ਹੀ ਵਧੀਆ ਜਗ੍ਹਾ ਇੱਕ ਅੱਧੀ ਨਾਈਟ ਸਟੇਅ ਕਰਨੀ ਹੋਵੇ ਜੇ ਅਤੇ ਬਾਕੀ ਐਂ ਕਰਦੇ ਹਾਂ ਉੱਥੇ ਪਹੁੰਚਦੇ ਹਾਂ ਮਿਲਦੇ ਹਾਂ ਜਿਸ ਦਿਨ ਉਹ ਸਕੂਲ ਤੋਂ ਗਿਆ ਸੀਗਾ ਨਾ ਮੈਂ ਉਹਦੇ ਮਨੀ ਨੇ ਸ਼ਾਰਟ ਲਿੱਤੇ ਸੀਗੇ ਇੱਕ ਦੋ ਬੱਸ 'ਚ ਚੜ੍ਹਦਿਆਂ ਦੇ ਬੱਚਿਆਂ ਦੇ ਸਕੂਲ ਦੇ ਤੁਸੀਂ ਉਹ ਇੰਜੋਏ ਕਰੋ ਫਿਰ ਬਾਕੀ ਉੱਥੇ ਪਹੁੰਚ ਕੇ ਆਪਾਂ ਗੱਲਬਾਤ ਕਰਦੇ ਹਾਂ ਇਹ ਕੀ ਹੋ ਰਿਹਾ ਇਹਦਾ ਕਿੱਥੇ ਵੀਰਾ ਕਿੱਥੇ ਆ ਵੀਜੀ ਕਿਰਿਆ ਖੋ ਗਏ ਸਕੂਲ ਗਏ ਹਲੇ ਵੀ ਸਕੂਲ ਹੀ ਨੇ ਵੀਜੀ ਰਾਤ ਨੂੰ ਘਰੇ ਨਹੀਂ ਆਏ ਫਾਇਦਾ ਦੇਖੋ ਕਿੱਡਾ ਤਗੜਾ ਪਿੱਛੇ ਕਿੰਨਾ ਉੱਚਾ ਵਾ ਨਾਲੇ ਆਪਣੇ ਇੰਡੀਆ ਵੀ ਬਹੁਤ ਸਫਰ ਕਰਦੇ ਆ ਲਓ ਜੀ ਫਿਨਲੇ ਪਾਰਕ ਪਹੁੰਚ ਗਏ ਆਪਾਂ ਇੱਥੇ ਹੈਗਾ ਥੋੜੀ ਕੰਟਰੀ ਸਾਈਡ ਤੇ ਹੀ ਆ 1.3 ਕਿਲੋਮੀਟਰਸ ਦ ਡੈਸਟੀਨੇਸ਼ਨ ਇਜ਼ ਔਨ ਯੋਰ ਲੈਫਟ ਫਿਨਲੇ ਪਾਰਕ ਐਡਵੈਂਚਰ ਕੈਂਪ ਮੈਂ ਇੱਥੋਂ 1.5 ਕਿਲੋਮੀਟਰ ਰਹਿ ਗਿਆ ਜਗ੍ਹਾ ਬਹੁਤ ਸੋਹਣੀ ਆ ਜਿਵੇਂ ਅਕੋਮੋਡੇਸ਼ਨ ਵੀ ਆ ਪਾਰਕ ਐਡਵੈਂਚਰ ਪਾਰਕ ਹੀ ਆ ਬਣਾਇਆ ਹੋਇਆ ਮਤਲਬ ਐਕਟੀਵਿਟੀਜ਼ ਕਾਫੀ ਜ਼ਿਆਦਾ ਨੇ ਇੱਥੇ ਖੇਡਣ ਖੁੱਡਣ ਲਈ ਬੱਚਿਆਂ ਲਈ ਵੱਡਿਆਂ ਲਈ ਬਾਕੀ ਪਹੁੰਚਦੇ ਆ ਉੱਥੇ ਦਿਖਾਉਂਦੇ ਹਾਂ ਤੁਹਾਨੂੰ ਇੱਥੇ ਕੰਮ ਚੱਲਦਾ ਹੋਣਾ ਦੇਖੋ ਬੰਦਿਆਂ ਦੀ ਉਹ ਬਚਾਇਆ ਹੋਇਆ ਅਤੇ ਆਹ ਲਾਈਟਾਂ ਲਾਈਆਂ ਹੋਈਆਂ ਆਟੋਮੈਟਿਕ ਹੁਣ ਜਿਵੇਂ ਰੈੱਡ ਲਾਈਟ ਆ ਅਤੇ ਦੂਜੇ ਪਾਸੇ ਗ੍ਰੀਨ ਹੋਣੀ ਆ ਕੋਈ ਵਰਕਰ ਨਹੀਂ ਖੜਾਇਆ ਨਾ ਲਾਈਟਾਂ ਦੇ ਬਸ ਟੈਂਪਰੇਰੀ ਲਾਈਟਾਂ ਲਾਤੀਆਂ ਬਾਕੀ ਜਗ੍ਹਾ ਬਹੁਤ ਸੋਹਣੀ ਆ ਆਵਾਜ਼ਾਂ ਸੁਣੋ ਇੱਥੇ ਸਿਰਫ ਨਾ ਬੀਂਡੇ ਬੋਲਦੇ ਆ ਮਤਲਬ ਨੈਚੁਰਲ ਜਿਹੀਆਂ ਆਵਾਜ਼ਾਂ ਬੜਾ ਵਧੀਆ ਲੱਗਦਾ ਹੈ ਨਾ ਐਟਮੋਸਫੀਅਰ ਬਹੁਤ ਵਧੀਆ ਇੱਥੇ ਦਾ ਨਿਊਜ਼ੀਲੈਂਡ ਦੀ ਇਹ ਸਿਫਤਾ ਕਿਤੇ ਵੀ ਚਲ ਜਾਓ ਕੰਟਰੀ ਸਾਈਡ 'ਤੇ ਬੜਾ ਪੀਸਫੁੱਲ ਜਿਹਾ ਨੈਚੁਰਲ ਜਿਹਾ ਇਨਵਾਇਰਮੈਂਟ ਹੁੰਦਾ ਉਹ ਆ ਜਾ ਭਰਾਵਾ ਕੀ ਹੋ ਗਿਆ ਕਿਤੇ ਖਰਾਬ ਤਾਂ ਨਹੀਂ ਆਪਾਂ ਖੜੇ ਹੀ ਰਹੀਏ ਚਲੋ ਜੀ ਲਓ ਜੀ ਗ੍ਰੀਨ ਹੋ ਗਈ ਚੱਲੀਏ ਫਿਨਲੇ ਪਾਰਕ ਯੈਸ ਨੀਨਾ ਫਿਨਲੇ ਪਾਰਕ ਹੁਣ ਇੱਥੇ ਲੱਭਣੇ ਆ ਪਹਿਲਾਂ ਜਵਾਬ ਕਿੱਥੇ ਨੇ ਇਹ ਲੱਭਦੇ ਨਹੀਂ ਹੁੰਦੇ ਜੀ ਕਿਤੇ ਵੀ ਹੋ ਸਕਦੇ ਆ ਸਹੀ ਹੈ ਕਿਤੇ ਵੀ ਹੋ ਸਕਦੇ ਆ ਬਾਕੀ ਐਂ ਕਰਦੇ ਆ ਆਪਾਂ ਗੱਡੀ ਅੱਗੇ ਤੱਕ ਲੈ ਕੇ ਚੱਲਦੇ ਹਾਂ ਜਿੱਥੇ ਇਹਨਾਂ ਦੀ ਅਕੋਮੋਡੇਸ਼ਨ ਵੀ ਆ
ਇਹਦੀ ਬਿਲਕੁਲ ਬੈਕ ਸਾਈਡ ਤੇ ਜਿਹੜੀ ਰਿਵਰ ਦੇ ਕਿਨਾਰੇ ਆਪਾਂ ਪਹਿਲਾਂ ਖੜੇ ਸੀਗੇ ਉਹ ਆ ਆ ਦੇਖੀ ਟਰੈਕਟਰ ਖੜਾ ਬਾਹਰ ਲਓ ਜੀ ਪਾਰਕ ਦੇ ਅੰਦਰ ਆ ਗਏ ਉੱਧਰ ਅਕੋਮੋਡੇਸ਼ਨ ਆ ਬੱਚਿਆਂ ਦੀ ਸਾਹਮਣੇ ਕਿਚਨ ਆ ਉਹਦੇ ਉੱਤੇ ਵੀ ਅਕੋਮੋਡੇਸ਼ਨ ਆ ਅਤੇ ਇੱਧਰ ਉਹਦੇ ਅੰਦਰ ਐਕਟੀਵਿਟੀਜ਼ ਕਰਦੇ ਆ ਬੱਚੇ ਉਹ ਸਵਿਮਿੰਗ ਪੂਲ ਨੇ ਪਿੱਛੇ ਹੈ ਨਾ ਬਾਕੀ ਐਂ ਕਰਦੇ ਹਾਂ ਪਹਿਲਾਂ ਨਿਆਣੇ ਨੂੰ ਲੱਭਦੇ ਹਾਂ ਇੱਕ ਵਾਰ ਮਿਲ ਲਈਏ ਉਹਨਾਂ ਨੂੰ ਚੰਗੀ ਤਰ੍ਹਾਂ ਦੋ ਦਿਨ ਹੋ ਗਏ ਦੇਖਿਆ ਨਹੀਂ ਅਰਮਾਨ ਨੂੰ ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਚੰਗੀ ਤਰ੍ਹਾਂ ਹੈ ਨਾ ਅੰਦਰ ਜਾ ਕੇ ਵੀ ਕਿਵੇਂ ਆ ਉੱਥੇ ਪਰ ਜਗ੍ਹਾ ਬਹੁਤ ਸੋਹਣੀ ਹੈ ਕੁਆਇਟ ਪੀਸਫੁੱਲ ਅਤੇ ਮੈਨੂੰ ਲੱਗਦਾ ਵੀ ਆਹ ਸਾਰਾ ਏਰੀਆ ਨਾ ਇਹਨਾਂ ਨੇ ਬੁੱਕ ਕੀਤਾ ਹੁੰਦਾ ਸਿਰਫ ਬੱਚਿਆਂ ਵਾਸਤੇ ਬੱਚਿਆਂ ਦਾ ਕੈਂਪ ਹੁੰਦਾ ਉੱਦਾਂ ਫੈਮਿਲੀਜ਼ ਹੋਰ ਵੀ ਆਉਂਦੀਆਂ ਹੁੰਦੀਆਂ ਅਤੇ ਕੁਛ ਬੱਚੇ ਇੱਧਰ ਪਾਣੀ ਦੇ ਕਿਨਾਰੇ ਖੜ੍ਹੇ ਸੀਗੇ ਉੱਥੇ ਜਾ ਕੇ ਦੇਖਦੇ ਹਾਂ ਪਹਿਲਾਂ ਵੀ ਕੀ ਕਰ ਰਹੇ ਨੇ ਅਰਮਾਨ ਨੂੰ ਲੱਭੀਏ ਤੇ ਆਪਾਂ ਇੱਥੇ ਮਿਲਣ ਕਿਹਨੂੰ ਆਏ ਹਾਂ ਵਿਆ ਹੈ ਕਿੱਥੇ ਹਾਈਡ ਐਂਡ ਸੀਕ ਕਰਦੀ ਆ ਚਲੋ ਲੱਭੀਏ ਵੀਰੇ ਨੂੰ ਸਾਹਮਣੇ ਬੋਟ ਆ ਬੋਟ ਦੇ ਪਿੱਛੇ ਰੱਸੀ ਪਾ ਕੇ ਨਾ ਛੱਡ ਦਿੰਦੇ ਆ ਨਿਆਣਿਆਂ ਨੂੰ ਉਹਦੇ ਉੱਤੇ ਬਿਠਾ ਕੇ ਜੁੜੇ ਵਾਲੇ ਬੱਚੇ ਹੈਗੇ ਨੇ ਤਾਂ ਮੈਨੂੰ ਲੱਗਦਾ ਹੋਊਗਾ ਉੱਥੇ ਅਰਮਾਨ ਚੱਲਦੇ ਆ ਅੱਗੇ ਲੱਭਦੇ ਆਰਮਾਨ ਸੁਣ ਲਵੇ ਨਹੀਂ ਮੰਨੀ ਉੱਥੇ ਸੁਣਦਾ ਨਹੀਂ ਹੋਣਾ ਅੱਗੇ ਜਾ ਕੇ ਟਰਾਈ ਕਰਦੇ ਹਾਂ ਪਹਿਲਾਂ ਰਸਤਾ ਲੱਭੀ ਉੱਥੇ ਥੱਲੇ ਆਉਣ ਦਾ ਕਿਹੜਾ ਵਾ ਅਰਮਾਨ ਦੀ ਟੀਚਰ ਮਿਲ ਗਈ ਸੀ ਇੱਕ ਉਹ ਸਾਨੂੰ ਛੱਡ ਕੇ ਗਈ ਹੈ ਇੱਧਰ ਵੀ ਹੋ ਸਕਦਾ ਇੱਧਰ ਹੋਵੇ ਤਾਂ ਆਹ ਥੱਲੇ ਆਏ ਹਾਂ ਹੁਣ ਅਸੀਂ ਜਿੱਥੇ ਆਪਣੀ ਜੈਟਸਕੀ ਵਗੈਰਾ ਚੱਲਦੀਆਂ ਸੀਗੀਆਂ ਦੇਖਦੇ ਹਾਂ ਇੱਥੇ ਤਾਂ ਨਹੀਂ ਹੈਗਾ ਅਰਮਾਨ ਕਿਤੇ ਲੱਭਣ ਦੀ ਟਰਾਈ ਚੱਲ ਰਹੀ ਆ ਦੋ ਪਾਸੇ ਦਾ ਦੇਖਿਆ ਉੱਥੇ ਹੈ ਨਹੀਂ ਸੀਗਾ ਉਹ ਕਾਇਆਕਿੰਗ ਕਰਨ ਗਿਆ ਹੋਇਆ ਕੀ ਆ ਜਿਹੜੇ ਹਿਸਾਬ ਨਾਲ ਇਹਨਾਂ ਦੀ ਅਕੋਮੋਡੇਸ਼ਨ ਆ ਰੂਮ ਉੱਦਾਂ ਸੈੱਟ ਕੀਤੇ ਹੋਏ ਨੇ ਵੀ ਹਰੇਕ ਰੂਮ ਦੀ ਐਕਟੀਵਿਟੀ ਹੁੰਦੀ ਆ ਅਲੱਗ ਅਲੱਗ ਤਾਂ ਅਰਮਾਨ ਦੂਜੇ ਪਾਸੇ ਕਾਇਆਕਿੰਗ ਆ ਮਤਲਬ ਕਾਇਆਕ ਜਿਵੇਂ ਛੋਟੀ ਜਿਹੀ ਬੋਟ ਹੁੰਦੀ ਆ ਚੱਪੂ ਨਾਲ ਚਲਾਉਣੀ ਹੁੰਦੀ ਆ ਉਹਦੇ ਉੱਤੇ ਗਏ ਹੋਏ ਨੇ ਬੱਚੇ ਇਹਦੇ ਰੂਮ ਵਾਲੇ ਸਾਰੇ ਇਕੱਠੇ ਹੋ ਕੇ ਸੋ ਲੱਭਦੇ ਹਾਂ ਪਰ ਵਧੀਆ ਫਨ ਆ ਬੱਚੇ ਸਾਰੇ ਬਹੁਤ ਇੰਜੋਏ ਕਰ ਰਹੇ ਨੇ ਆ ਜਾਓ ਨੀਨਾ ਆ ਜਾ ਮੇਰਾ ਪੁੱਤ ਯਾਰ ਇੱਥੇ ਐਕਟੀਵਿਟੀ ਤਾਂ ਬਹੁਤ ਨੇ ਕਰਨੀ ਹੈ ਨਾ ਮਨੀ ਤਾਂ ਹੀ ਤਾਂ ਇੰਨੇ ਖੁਸ਼ ਹੁੰਦੇ ਆ ਕੇ ਕੈਂਪ ਤੇ ਹਾਂ ਬੱਚਿਆਂ ਲਈ ਬਹੁਤ ਵਧੀਆ ਟੀਚਰਸ ਵੀ ਕਹਿੰਦੇ ਸੀ ਕਹਿੰਦੇ ਅਸੀਂ ਖਲਾ ਪਲਾ ਕੇ ਇਹਨਾਂ ਨੂੰ ਉਹਦੀ ਐਕਟੀਵਿਟੀਜ਼ ਕਰਾਈ ਦੀਆਂ 2-2.5 ਘੰਟੇ ਬਿਜ਼ੀ ਫੇਰ ਖਲਾ ਪਲਾ ਦੇ ਐਨਰਜੀ ਜੀ ਰਹਿੰਦੀ ਆ ਸ਼ਾਮ ਨੂੰ ਜਦੋਂ ਇਹ ਕ੍ਰੈਸ਼ ਹੋ ਜਾਣਾ ਬਸ ਬੈੱਡ ਤੇ ਸੌਣ ਜਾਂਦੇ ਹੀ ਸੋ ਸਾਨੂੰ ਵੀ ਵਧੀਆ ਇਹਨਾਂ ਦੀ ਅਰਮਾਨ ਦੀ ਜਿਹੜੀ ਟੀਚਰ ਸੀ ਉਹਨੇ ਸਾਨੂੰ ਵੀ ਆਫਰ ਕਰਤਾ ਕਹਿੰਦੀ ਡਿਨਰ ਤੱਕ ਸਟੇ ਕਰਿਓ ਤੇ ਡਿਨਰ ਕਰਕੇ ਜਾਇਓ ਸਾਡੇ ਨਾਲ ਤਾਂ ਰੁਕਾਂਗੇ ਥੋੜ੍ਹੀ ਬਹੁਤੀ ਹੈਲਪ ਕਰਾ ਦਾਂਗੇ ਉਹਨਾਂ ਦੀ ਡਿਨਰ ਬਣਾਉਣ 'ਚ ਅਤੇ ਬਾਕੀ ਦੇਖਦੇ ਹਾਂ ਮੈਂ ਤਾਂ ਯਾਰ ਟ੍ਰੀਜ਼ 'ਤੇ ਬਹੁਤ ਇੰਪ੍ਰੈਸ ਹਾਂ ਇੱਥੇ ਟ੍ਰੀ ਬਹੁਤ ਵੱਡੇ ਵੱਡੇ ਨੇ ਬਹੁਤ ਸੋਹਣੇ ਲੱਗਦੇ ਆ ਦੇਖੋ ਆਹ ਵੀ ਸਫੈਦਾ ਹੀ ਆ ਆਹੋ ਲੇਨ ਹੁਣ ਜਿਵੇਂ ਅਰਮਾਨ ਨੂੰ ਵੀ ਦੇਖਦੀ ਆ ਬਾਕੀਆਂ ਦੇਖ ਕੇ ਨਾ ਜੀ ਕਰਦਾ ਮੈਂ ਸਾਰੇ ਕੰਮ ਆਪ ਹੀ ਕਰਾਂ ਪੁੱਜ ਗਿਆ ਸੀ ਮੈਂ ਉਹ ਚਰਚ ਲੱਗਦਾ ਛੋਟਾ ਜਿਹਾ ਬਣਾਇਆ ਪਿੱਛੇ ਨਾ ਆਪਾਂ ਐਂ ਨਾ ਕਰੀਏ ਉਨੀ ਦੇਰ 'ਚ ਜਾ ਕੇ ਲੰਚ ਨਾ ਕਰ ਲਈਏ ਆਪਾਂ ਆਪਣਾ ਕਰ ਲੈਂਦੇ ਹਾਂ ਖਾ ਪੀ ਲੈਂਦੇ ਹਾਂ ਨਾ ਚਲ ਬੱਚਿਆਂ ਦੇ ਰੂਮ ਦੇਖ ਕੇ ਆਈਏ ਪਹਿਲਾਂ ਇੱਥੇ ਸਟੇ ਕਰਦੇ ਆ ਅਰਮਾਨ ਦਾ ਰੂਮ ਨੰਬਰ 2 ਆ ਹੈ ਨਾ ਚਲ ਆ ਦੇਖੀਏ ਮਾੜਾ ਜਿਹਾ ਟ੍ਰੀ ਬਹੁਤ ਸੋਹਣੇ ਆ ਯਾਰ ਹੈ ਨਾ ਵੱਡੇ ਵੱਡੇ ਸਾਰੇ ਵੱਡੇ ਟ੍ਰੀ ਬਹੁਤ ਪਸੰਦ ਨੇ ਆ ਪਾਈਨ ਟ੍ਰੀ ਆ ਨਾ ਹਾਂਜੀ ਅੱਜ ਚਰਚ ਬਣਾਈ ਹੋਈ ਆ ਬੈਕ ਸਾਈਡ ਤੇ ਮੈਂ ਟਰਾਈ ਕਰਦਾ ਇਹਦੇ ਅੰਦਰ ਜਾਣ ਦੀ
ਖੁੱਲਾ ਦਰਵਾਜ਼ਾ ਇਹਦਾ ਇੱਥੇ ਸ਼ੂਜ਼ ਅਲਾਊਡ ਹੁੰਦੇ ਆ ਚਰਚ ਦੇ ਵਿੱਚ ਅਤੇ ਨਹੀਂ ਨਾ ਇਹ ਜਿਵੇਂ ਗੁਰਦੁਆਰਾ ਪੁੱਤੇ ਵੀ ਵਾਹਿਗੁਰੂ ਕਰੀਦਾ ਇੱਥੇ ਬੈਠ ਕੇ ਵੀਰਾ ਹੈ ਨਹੀਂ ਗਾ ਉਰੇ ਵੀਰਾ ਬਾਹਰ ਗਿਆ ਹੋਇਆ ਪਰ ਆਹ ਚਰਚ ਦਾ ਇਨਸਾਈਡ ਆ ਕਿੱਡੀ ਸੋਹਣੀ ਜਗ੍ਹਾ ਵਾ ਹੈ ਨਾ ਰੱਬ ਦਾ ਨਾਮ ਲੈਣ ਲਈ ਪਰਮਾਤਮਾ ਸਭ ਦਾ ਭਲਾ ਕਰੇ ਚਰਚ ਸੀਗੀ ਜੀ ਇੱਥੇ ਦੀ ਇਹ ਮੈਨੂੰ ਲੱਗਦਾ ਐਕਟੀਵਿਟੀਜ਼ ਸਾਰੀਆਂ ਲਈ ਯੂਜ਼ ਕਰਦੇ ਹੋਣਗੇ ਬੱਚੇ ਵੀ ਆਉਂਦੇ ਹੋਣਗੇ ਤਾਂ ਹੀ ਚਰਚ ਬਣਾਈ ਹੋਈ ਇਹਦੇ ਅੰਦਰ ਅਤੇ ਚਲੋ ਟਰਾਈ ਕਰਦੇ ਹਾਂ ਅਰਮਾਨ ਨੂੰ ਲੱਭਣ ਦੀ ਇੱਧਰ ਅਕੋਮੋਡੇਸ਼ਨ ਆ ਦੇਖੋ ਨਿਆਣੇ ਦੇ ਕੰਮ ਹੈ ਰੂਮ ਨੰਬਰ 2 ਆ ਅਰਮਾਨ ਦਾ ਹਾਂ 10 ਉਹ 9 ਆ ਅਰਮਾਨ ਦੇ ਕੱਪੜੇ ਦੇਖਦੇ ਜਾ ਰਹੇ ਜਿੱਥੇ ਕੱਪੜੇ ਹੋਣਗੇ ਆ ਦੇਖ ਮਨੀ ਇੱਥੇ ਲਿਖਿਆ ਹੋਣਾ ਆ 6 ਹੈ ਜੀ ਰੂਮ ਨੰਬਰ ਐਡਲਟਸ ਹਾਂਜੀ ਹਾਂਜੀ ਇੱਧਰ ਨਹੀਂ ਉਹ ਜੇ ਤਾਂ ਨਾ ਆ ਲਿਸਟ ਬਣਾਈ ਹੋਈ ਆ ਇੱਥੇ ਦੇਖ ਆਇਆ ਵੀ ਤੇ ਮਾਮਾ ਨਾ ਸਾਰੀਆਂ ਦੇਖ ਮਾਮਾ ਸਾਹਿਬ ਜੀ ਤੇ ਯਾਦ ਆ ਦੇਖ ਕਿ ਮਾਮਾ ਅਰਮਾਨ ਆ ਰਿਹਾ ਰੂਮ ਨੰਬਰ 5 ਮਨਰਾਜ ਸਾਈਮਨ ਪਾਰਸ ਅਰਮਾਨ ਜਸਨੂਰ ਹਰਜੋਤ ਰਾਜਵੀਰ ਮੋਦੀ ਸਾਰੇ ਆਪਣੇ ਪੰਜਾਬੀ ਬੜੇ ਆ ਰਹੇ ਰੂਮ 'ਚ Hello, how are you? Urban guy. The urban guy, you know us. Good boy. What are you doing? Main toilet chala. Acha, te tenu pata Arman kithe hai? Nahi. Now you are in the video. Yeah. You are in the video now. You happy? Yeah. Good boy. Having fun? Haan ji. Bahut badhiya. Tera ki naam hai putta? Avanch. Avanch? Okay. ਛੋਟਾ ਜਿਹਾ ਬੱਚਾ ਪਿਆਰਾ ਜਿਹਾ ਸਬਸਕ੍ਰਾਈਬਰ ਸੀਗਾ ਆਪਣਾ ਹਾਂ ਕਹਿੰਦਾ ਦਰਬ ਨਹੀਂ 5 ਆਏ ਤਾਂ ਅੱਛਾ 5 ਹਾਂ ਅਰਮਾਨ ਦਾ ਰੂਮ ਆ ਅਰਮਾਨ ਆਲਵੇਸ ਬੰਕਰ ਲੈਂਦਾ ਹੁੰਦਾ ਉੱਪਰਲਾ ਆ ਸੀ ਅਰਮਾਨ ਆਪਣੇ ਬੱਚਿਆਂ ਦੇ ਕੱਪੜੇ ਦੀ ਪਛਾਣ ਕਿੰਨੀ ਹੁੰਦੀ ਆ ਕੰਮ ਸ਼ੁਰੂ ਕਰਤਾ ਕੰਮ ਦਿਸ ਗਏ ਨਾ ਗਿੱਲੇ ਕੱਪੜੇ ਉਵੇਂ ਸੁੱਟ ਰੱਖਿਆ ਵਿਚਾਰੇ ਨੇ ਪਰ ਇਹਨਾਂ ਦਾ ਗਰੁੱਪ ਸਾਰਾ ਇਕੱਠਾ ਹੀ ਗਿਆ ਹੋਇਆ ਸੀਗਾ ਸਾਰੇ ਆ ਗਏ ਮੁੰਡੇ ਅਰਮਾਨ ਆ ਸਾਇਮਨ ਆ ਉੱਤੇ ਪਾਰਸ ਆ ਇਲੀਨ ਕਹਿੰਦੀ ਮੈਂ ਵੀ ਉੱਤੇ ਬਹਿਣਾ ਤਾਂ ਉਹਨਾਂ ਖੇਡਣ ਲੱਗੀ ਹੋਈ ਆ ਉੱਤੇ ਬਹਿ ਕੇ ਮਿਲ ਲਈ ਇੱਕ ਵਾਰ ਅਰਮਾਨ ਨੂੰ ਚੰਗੀ ਤਰ੍ਹਾਂ ਨੀਨਾ ਅਜੀਬਾਂ ਨੀ ਕਰਨੀਆਂ ਪੁੱਤ ਵੀਰ ਜੀ ਇੱਧਰ ਵਾਲ ਕਰਾਉਣਗੇ ਪਰ ਸੁਮੀ ਕਰਾ ਲਈ ਬਾਅਦ ਸਾਰਿਆਂ ਦੀ ਕਰਦੇ ਆ ਹੋਰ ਮਾਨੀਆ ਕਿੱਦਾਂ ਫਿਰ ਵਧੀਆ ਫਨ ਹੋ ਰਿਹਾ ਵਧੀਆ ਹਾਂਜੀ ਅੱਛਾ ਕੀ ਕੀਤਾ ਦੋ ਤਿੰਨ ਦਿਨ ਚ ਸਕੀ ਬਿਸਕਟਿੰਗ ਇੱਕ ਉਹ ਹੁੰਦੀ ਆ ਵੀ ਬੋਟ ਚ ਪੁੱਲ ਕਰਦੇ ਆ ਅੱਛਾ ਲਾਈਕ ਪਲੇਟਫਾਰਮ ਜਾਂ ਹੁੰਦਾ ਉਹ ਤੇ ਯੂ ਕੈਨ ਗੋ ਅਪ ਟੂ 100 ਤੂੰ ਗਿਆ ਉਹ ਤੇ ਹਾਂਜੀ ਉਹ ਥੱਲੇ ਆ ਗਿਆ ਯੂ ਕੈਨ ਗੋ ਅਪ ਟੂ 100 ਅਮੀ ਅਮਾਨ ਐਨੀ ਕੂਲ ਕੁੜੀਆਂ ਓ ਮਾਈ ਗॉड ਅੱਛਾ ਤੁਸੀਂ ਕੀਤਾ ਸ਼ਾਬਾਸ਼ ਯੂ ਕੈਨ ਵੀ ਵੈਂਟ ਅਰਾਊਂਡ 150 ਕਿਲੋਮੀਟਰ 150 ਯਾ ਵਾਓ ਕਿੰਨਾ ਮਜ਼ਾ ਆਇਆ ਆਈ ਡਿਡਨਟ ਫਾਲ ਆਫ ਵੀ ਵਰ ਜਸਟ ਲਾਈਕ ਜੰਪਿੰਗ ਲਾਈਕ ਵਨ ਟਾਈਮ ਆ ਹੋਲ ਕਰਦਾ ਸੀ 3 ਵਾਰੀ ਆ ਫੈਲ ਹੋ ਗਿਆ ਨੋ 2 3 ਚਲ ਦੇਖ ਸੋ ਕੇ 2 or 3 ਬਿਕਾਜ਼ ਵਾਂਸ ਮੈਂ ਹੋਲਡ ਔਨ ਕਰਦਾ ਸੀ ਬਟ ਆਈ ਫੈਲ ਆਫ ਆਈ ਵਾਸ ਹੋਲਡਿੰਗ ਵਲ ਮੈਂ ਗਿਰਿਆ ਸੀ ਅੱਛਾ ਸੈਕਿੰਡ ਟਾਈਮ ਮੈਂ ਗਿਰ ਗਿਆ ਸੀ ਅੱਛਾ ਐਂਡ ਦੈਨ ਇਟ ਵਾਸ ਹੀ ਨੋਰਮਲੀ ਆਮ ਸੋ ਤੇ ਤੁਸੀਂ ਸਾਰਿਆਂ ਦੀ ਲਾਈਫ ਜੈਕਟ ਤਾਂ ਪਾਈ ਹੋਊਗੀ ਓਕੇ ਐਂਡ ਦੇ ਸੀ ਦੇ ਆਰ ਟਾਰਗੇਟਿੰਗ ਮੀ ਓਕੇ ਐਂਡ ਡਾਂਸ ਡਾਂਸ ਤੇ ਨਹੀਂ ਲੈ ਨਾ ਕਿ ਬਾਹਰ ਦੇ ਕੀ ਤੂੰ ਮੈਂ ਇਨਵਾਈਟ ਹੈ ਤੂੰ ਕਿਦਾਂ ਮੰਨ ਵੀ ਗਿਆ ਮੈਂ ਮਿਡਲ ਚ ਸੀ ਅੱਛਾ ਪਾਣੀ ਤੋਂ ਤੇ ਬ੍ਰਿਜ ਤੋਂ ਜੰਪ ਕੀਤਾ ਪਾਣੀ ਦੇ ਵਿੱਚ ਉੱਥੇ ਜਿਹੜਾ ਉੱਥੇ ਜਿੱਥੇ ਆ ਕੇ ਬਹਿੰਦੇ ਹੁੰਦੇ ਹੋ ਤੁਸੀਂ ਬੋਟ 'ਚ ਉੱਥੇ ਬੱਚੇ ਮੈਂ ਦੇਖੇ ਜੰਪ ਕਰ ਰਹੇ ਸੀ ਬੋਟ ਦੇ ਵਿੱਚੋਂ ਉਹ ਜੀ ਅੱਛਾ ਅੱਛਾ ਵੈਰੀ ਗੁੱਡ ਬਹੁਤ ਸ਼ਾਬਾਸ਼ ਵਧੀਆ ਫਨ ਹੋ ਰਿਹਾ ਇੰਜੋਏ ਕਰ ਰਹੇ ਹੋ ਵਾਟਰ ਡੀਪ ਸੀ ਸੋ ਇਟ ਵਾਸ ਹਾਰਡ ਟੂ ਇੰਜੋਏ ਕੋਈ ਗੱਲ ਨਹੀਂ
ਤੇ ਆਪਣਾ ਤੁਹਾਡੇ ਰੂਮ ਚ ਕੋਈ ਅਡਲਟ ਵੀ ਆਇਆ ਤੁਸੀਂ ਬੱਚੇ ਸੌਂਦੇ ਨਾ ਸੌਂ ਵੀ ਜਾਂਦੇ ਹੋਗੇ ਨਹੀਂ ਟਾਈਮ ਨਾਲ ਹਾਂਜੀ ਹੈ 9 ਵਜੇ ਬਟ ਆਈ ਕੈਨ ਟੈਲ ਪੁੱਤੀ ਯੂ ਹੈਡ ਅ ਗੁੱਡ ਸਲੀਪ 9 ਵਜੇ ਸ਼ਾਪ ਅੱਛਾ ਫਿਰ ਰੂਮ ਚ ਆ ਕੇ ਕੋਈ ਤਾਂ ਕਰਦੇ ਹੀ ਹੁੰਦੇ ਘਰ ਦਾ ਰੁਟੀਨ ਦੇ ਕੋਲੇ ਨਹੀਂ ਘਰ ਕਰੇ ਤਾਂ ਮੂਵੀ ਵੇਖ ਕੇ ਦੋ ਫਿਰ ਪੈਨੇ 12 ਵਜੇ ਨਹੀਂ ਮਾਨ ਫਿਰ ਕੋਈ ਤਾਂ ਕਰਦੇ ਹੀ ਹੋਵੇ ਜੇ ਸੌ ਜਾਂਦੇ ਉਹ ਸੌ ਗਏ ਸਾਰੇ ਹੈ ਰਾਜਵੀਰ ਅਮ ਠੋਂਦਾ ਉਹਨਾਂ ਅੱਛਾ 6 ਵਜੇ ਠਾਤਾ ਉੱਠੀ ਦਾ 6:45 ਆ ਹਾਂ ਉਹਨੇ 6 ਵਜੇ ਠਾਤਾ ਉਹ ਰੋਟੀ ਹੋ ਬੈਡ ਥਿੰਗਸ ਕਰਦਾ ਹੁੰਦਾ ਅੱਛਾ ਬੈਡ ਥਿੰਗ ਚੱਲ ਕੋਈ ਗੱਲ ਨਹੀਂ ਚਲੋ ਪੁੱਤ ਜਾ ਤੁਸੀਂ ਇੰਜੋਏ ਕਰੋ ਅਸੀਂ ਇੱਥੇ ਹੀ ਆਲੇ ਅਸੀਂ ਆਉਂਦੇ ਹਾਂ ਇਸੇ ਨੂੰ ਚੱਲੇ ਕਿੱਥੇ ਜਾਣਾ ਸਾਨੂੰ ਦੱਸ ਦਿਓ ਹੁਣ ਪਹਿਲਾਂ ਪੂਲ ਤਾਂ ਉਧਰ ਵੇਖਿਆ ਲੈ ਹਾਂਜੀ ਪੂਲ ਦੇਖ ਲਿਆ ਉੱਥੇ ਇਹਨੂੰ ਫੋਟੋ ਚਾਹ ਵਾ ਟਾਵਲ ਵਾਜਾ ਟੋਲੀਆ ਟੋਲੀਆ ਚਾਹੀਦਾ ਟੋਲੀਆ ਹਾਂਜੀ ਮੈਨੂੰ ਫੜਾਈ ਟੋਲੀਆ ਉੱਧਰ ਤੇਰਾ ਪੁੱਤ ਕੀ ਨਾਮ ਆ ਹਰਜੋਤ ਕਿੱਥੇ ਯੈਸ ਉਹ ਹੈਗਾ ਹਰਜੋਤ ਆਪਣੇ ਨਾਲ ਤੇ ਆ ਹੈਗਾ ਸ਼ਰਾਰਤੀ ਬੱਚਾ ਸ਼ਰਾਰਤੀ ਬੱਚੇ ਉਤਰੋ ਥੱਲੇ ਹੁਣ ਹੋਰ ਪਾਰਸ ਫਨ ਹੋ ਰਿਹਾ ਪੁੱਤ ਹਾਂਜੀ ਬਹੁਤ ਜ਼ਿਆਦਾ ਚੱਲ ਵਧੀਆ ਤੁਸੀਂ ਹੁਣ ਆ ਵੀਡੀਓ ਵੱਡੇ ਹੋ ਕੇ ਦੇਖਿਆ ਕਰੋਗੇ ਤੁਹਾਨੂੰ ਵਧੀਆ ਲੱਗਿਆ ਕਰੂ ਵੀ ਸਾਡੇ ਫਨ ਦੀ ਆ ਕਿ ਨਹੀਂ ਮਾਂ ਹਾਂਜੀ ਮੈਂ ਆਇਆ ਬਸ ਕੱਪੜੇ ਡਰਾਇਰ ਚ ਪਾਏ ਹੋਏ ਓਕੇ ਸਰ ਕੱਪੜੇ ਡਰਾਇਰ ਚ ਪਾਏ ਹੋਏ ਆ ਓ ਮਾਈ ਗੋਡ ਹੈ ਦੇਖਾਂ ਮੈਂ ਕਿਹੜੇ ਡਰਾਇਰ ਚ ਪਾਏ ਨੇ ਤੂੰ ਕਿੱਥੇ ਆ ਡਰਾਇਰ ਗੁੱਡ ਮਾਨ ਗੁੱਡ ਸ਼ਾਬਾਸ਼ ਪੁੱਤ ਰਿਸਪੌਂਸੀਬਲ ਜਿਹੜੇ ਕੱਪੜੇ ਹੁਣੀ ਪਾਣੀ ਚ ਪਾ ਕੇ ਜਾਣੇ ਆ ਉਹ ਸੁਕਾਉਂਦੇ ਫਿਰਦੇ ਨੇ ਵਧੀਆ ਗੁੱਡ ਫਿਰ ਗਿੱਲੇ ਹੋ ਜਾਣੇ ਉਹ ਕਾਇਕਿੰਗ ਗਏ ਸੀਗੇ ਹਾਂ ਕਾਇਕਿੰਗ ਚਲੋ ਅਸੀਂ ਐ ਕਰਦੇ ਹਾਂ ਹਾਂਜੀ ਟਾਵਰ ਸਕਾਓ ਇੰਨੀ ਬਿਊਟੀਫੁਲ ਮੈਚ ਗਏ ਆ ਅੱਛਾ ਇੱਕ ਕਾਇਕ ਉਹ ਜਿਹੜੀ ਹੁੰਦੀ ਨਹੀਂ ਹੈ ਇੱਕ ਬੋਟ ਦੇ ਵਿੱਚ ਚੱਪੂ ਦੇ ਨਾਲ ਚਲਾਉਂਦੇ ਆ ਉਹ ਉਧਰ ਦੂਰ ਅਸੀਂ ਗਏ ਸੀ ਬ੍ਰਿਜ ਜਮਾ ਰੱਖਣਾ ਜਿਵੇਂ ਨਹੀਂ ਪਾਈ ਉੱਤੇ ਹੋਰ ਅੱਗੇ ਜਾ ਕੇ ਠੀਕ ਆ ਇਹ ਬਿਊਟੀਫੁਲ ਪਲੇਸ ਆ ਵਾਲਸ ਨੇ ਮਿੱਟੀ ਦੀਆਂ ਚੱਲ ਪੁੱਤ ਅਸੀਂ ਲੰਚ ਕਰ ਲਈਏ ਫਿਰ ਅਸੀਂ ਆਉਂਦੇ ਹਾਂ ਉੱਥੇ ਪੂਲ ਕੋਲ ਸਾਡੇ ਲੈ ਕੇ ਆਏ ਅਸੀਂ ਨਾਲ ਭੁੱਖ ਬਣੀ ਕਲੀਨਾ ਨਾ ਹੀ ਕੁਛ ਕਹਿ ਰਹੀ ਆ ਭੁੱਖ ਬਹੁਤ ਲੱਗੀ ਆ ਅਸੀਂ ਵੀ ਲੰਚ ਕਰ ਲਈਏ ਕੁਛ ਖਾ ਪੀ ਲਈਏ ਸੈਂਡਵਿਚ ਜੋ ਬਣਾ ਕੇ ਲੈ ਆਏ ਸੀਗੇ ਨਾਲ ਵੀ ਇੱਥੇ ਬੈਠ ਕੇ ਕਰਾਂਗੇ ਤੇ ਫਿਰ ਮਿਲਦੇ ਹਾਂ ਹਾਂਜੀ ਪੁੱਤ ਓਕੇ ਆਲਰਾਈਟ ਪੁੱਤ ਠੀਕ ਆ ਮੰਮਾ ਨੂੰ ਵੀ ਕਹਿ ਦੇ ਨਿਆਣੇ ਵੱਡੇ ਹੋ ਕੇ ਬੜੀਆਂ ਸਿਆਣੀਆਂ ਗੱਲਾਂ ਕਰਦੇ ਆ ਆ ਬੱਚਿਆਂ ਦੇ ਹੱਥ ਪੈਰ ਧੋਣ ਲਈ ਆ ਜੋ ਵੀ ਆ ਪਾਣੀ ਬਾਹਰ ਵੀ ਲਾਇਆ ਹੋਇਆ ਨਾ ਬਾਕੀ ਸ਼ਾਵਰ ਵਗੈਰਾ ਮੈਂ ਹੁਣੇ ਟੋਇਲਟ ਬਾਥਰੂਮ ਜਾ ਕੇ ਆਇਆ ਪਹਿਲਾਂ ਬਿਲਕੁਲ ਕਲੀਨ ਪਏ ਨੇ ਮਤਲਬ ਰੀਅਲੀ ਸਲਿਊਟ ਯਾਰ ਟੀਚਰਸ ਬਹੁਤ ਵਧੀਆ ਲੁੱਕ ਆਫਟਰ ਕਰ ਰਹੇ ਆ ਬੱਚਿਆਂ ਦੀ ਇੱਥੇ ਅਤੇ ਲਾਸਟ ਟਾਈਮ ਜਦੋਂ ਅਸੀਂ ਆਏ ਸੀਗੇ ਸੇਮ ਡੇ ਇੱਕ ਦਿਨ ਮਿਲਣ ਆਏ ਸੀਗੇ ਉਸਦਾ ਇੱਕ ਰਾਤ ਦਾ ਹੀ ਸੀ ਇਹਨਾਂ ਦਾ ਬੱਚਿਆਂ ਦਾ ਉਹਨਾਂ ਦੋ ਰਾਤਾਂ ਦਾ ਤਾਂ ਉਦੋਂ ਵੀ ਅਸੀਂ ਇੱਥੇ ਰੁਕ ਕੇ ਲੰਚ ਵਗੈਰਾ ਕੀਤਾ ਸੀਗਾ ਆਹ ਦੇਖੋ ਕਿੱਡਾ ਸੋਹਣਾ ਬੈਕ ਸਾਈਡ 'ਤੇ ਚਲੋ ਲੰਚ ਕਰ ਲਈਏ ਫਿਰ ਦੇਖਦੇ ਹਾਂ ਅੱਗੇ ਬੱਚੇ ਕੀ ਕਰਦੇ ਨੇ ਅਤੇ ਇੱਕ ਚੀਜ਼ ਹੋਰ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੌਸਲਾ ਬਹੁਤ ਵੱਧਦਾ ਉਹਦੇ ਨਾਲ ਅਤੇ ਆਪਣਾ ਇੰਸਟਾਗ੍ਰਾਮ 'ਤੇ ਵੀ ਪੇਜ ਆ ਦਾ ਅਰਬਨ ਗਾਏ _ ਯੂਟਿਊਬਰ ਉਹਨੂੰ ਫੋਲੋ ਕਰਿਓ ਅਤੇ ਫੇਸਬੁੱਕ 'ਤੇ ਵੀ ਥੈਂਕ ਯੂ ਮੇਰਾ ਪੁੱਤ ਤੈਨੂੰ ਛੱਡ ਕੇ ਤੜੀ ਜਾਵਾਂਗੇ ਲਵ ਯੂ ਵਿਦ ਹੈਵ ਫਨ ਹਾਂਜੀ ਇੰਜੋਏ ਕਰੋ ਮਿਲਦੇ ਹਾਂ ਆਪਾਂ ਓਕੇ ਬਾਏ ਅਸੀਂ ਇੱਥੇ ਹੀ ਆ ਲੈ ਹਾਂਜੀ ਕੁੜੀਏ ਆ ਜਾ ਭੁੱਖ ਲੱਗੀ ਆ ਉੱਤਰ ਥੱਲੇ ਉੱਤਾਂ ਫੇਸ਼ ਹੋ ਗਿਆ ਨੀਨਾ ਦਾ ਨੀਨਾ ਫੇਸ਼ ਹੋ ਗਿਆ ਇਹਨੇ ਤਾਂ ਨਹੀਂ ਗਿਆ ਇੱਥੋਂ ਆ ਜਾ ਐਨੀ ਚੱਪਾ ਬੈਠ ਸੈਂਡਵਿਚ ਸਵਾਦ ਬਣੇ ਵੈਸੇ ਵੀ ਬਾਹਰ ਦਰਖਤ ਜਿਹੜਾ ਬੈਠ ਕੇ ਨਾ
ਖਾਣ ਪੀਣ ਦਾ ਮਜ਼ਾ ਹੀ ਵੱਖਰਾ। ਬ੍ਰੇਕ ਟਾਈਮ, ਬੱਚਿਆਂ ਦਾ ਬ੍ਰੇਕ ਟਾਈਮ ਹੋਣਾ। ਨਮ ਨਮ ਟਾਈਮ ਹੈ ਲਈ ਨਾ, ਬੀਜੀ ਆਉਣਗੇ, ਨਮ ਨਮ ਖਾਣਗੇ, ਹੁਣ ਨਿਆਣੇ ਆਉਣਗੇ ਸਾਰੇ। ਇਹਨਾਂ ਕੀ ਸੀ? ਕਲਵਾ ਬੈਲ ਬਦ ਬੱਚੀਆ ਬੈਲ ਬਦ ਬੱਚੀਆ। ਜਦੋਂ ਬੈਲ ਵੱਜੀ ਸੀ ਉਹਦਾ ਮਤਲਬ ਬੱਚਿਆਂ ਵਾਸਤੇ ਸੀਗਾ ਵੀ ਸਾਰੇ ਬੱਚੇ ਉੱਥੇ ਇਕੱਠੇ ਹੋਏ ਅਤੇ ਕੋਈ ਵੀ ਗੱਲਬਾਤ ਦੱਸਣੀ ਹੁੰਦੀ ਆ ਉੱਥੇ ਆ ਕੇ ਦੱਸਦੇ ਆ। ਉਹ ਟੀਚਰ ਆ ਹੁਣ ਉਹ ਦੱਸ ਰਹੇ ਨੇ, ਐਕਸਪਲੇਨ ਕਰ ਰਹੇ ਜੋ ਵੀ ਆ। ਰਾਜਵੀਰ ਕਿੱਦਾਂ? ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਆ? ਕਿੱਦਾਂ ਮਨਰਾਜ, ਠੀਕ ਹੋ? ਤੁਸੀਂ ਉੱਥੇ ਗਏ ਨੀ ਮੀਟਿੰਗ ਦੇ ਵਿੱਚ? ਜਾ ਪੁੱਤ ਜਾਓ, ਦੱਸ ਰਹੇ ਨੇ ਕੁਛ। ਸਾਰੇ ਬੱਚਿਆਂ ਨੂੰ ਨਾ ਡਿਸਿਪਲਿਨ ਬਹੁਤ ਵਧੀਆ ਸਿਖਾਉਂਦੇ ਆ ਸਕੂਲਾਂ ਦੇ ਵਿੱਚ, ਸਾਰੇ ਕਿਤੇ ਸਿਖਾਉਂਦੇ ਹੁੰਦੇ ਆ ਨਾ, ਅਤੇ ਲਾਈਨ 'ਚ ਆ ਰਹੇ ਆ ਬੱਚੇ ਸਾਰੇ ਲੰਚ ਵਾਸਤੇ। ਉਹ ਦੇਖੋ ਬੱਚਿਆਂ ਨੇ ਖਾ ਪੀ ਲਿਆ ਅਤੇ ਸਾਰਾ ਟਾਈਡੀ ਕਰਤਾ, ਈਵਨ ਜਿਵੇਂ ਵਾਟਰਮੈਲਨ ਜਾਂ ਕੋਈ ਵੀ ਫਰੂਟ ਖਾਂਦੇ ਆ ਰਵਿਸ਼ਮੈਨ ਰੱਖਿਆ ਹੋਇਆ ਉਹਦੇ ਵਿੱਚ ਪਾਉਣਾ, ਉਦੋਂ ਬਾਅਦ ਇੱਧਰ ਉੱਧਰ ਨਹੀਂ ਸਿੱਟਣਾ। ਹਾਂ, ਹਾਈਡਰੋ ਸਲਾਈਡ ਹੋਈ ਹੋਣੀ ਆ। ਅਰਮਾਨ ਹੋਣੀ ਇੱਧਰ ਥੱਲੇ ਐਕਟੀਵਿਟੀਜ਼ ਕਰਨ ਚੱਲੇ ਨੇ, ਹੁਣ ਦੇਖੋ ਕਿੱਡੀ ਸੋਹਣੀ ਜਗ੍ਹਾ ਵਾ। ਬਿਗ ਸਲਾਈਡ ਬਣਾਇਆ, ਸਲਾਈਡ ਕਰਕੇ ਪਾਣੀ 'ਚ ਆਉਣਾ ਇਹਨਾਂ ਨੇ ਨਾ। ਉਹ ਤਾਂ ਬਹੁਤ ਲੰਬੀ ਸਲਾਈਡ ਆ, ਉਹ ਥੱਲੇ ਤੱਕ ਜਾਣਗੇ। ਅੱਛਾ, ਬੱਚੇ ਲਾਈਫ ਜੈਕਟਾਂ ਪਾਉਣ ਲੱਗੇ ਹੋਏ ਨੇ ਹੁਣ, ਅਤੇ ਪਾ ਕੇ ਫਿਰ ਮਿਲਾ ਸਲਾਈਡ ਦੇ ਵਿੱਚ ਦੀ, ਉੱਤੋਂ ਉੱਥੋਂ ਜੰਪ ਕਰਕੇ ਸਿੱਧਾ ਇਹਨਾਂ ਦੇ ਵਿੱਚ ਪਾਣੀ ਦੇ ਥੱਲੇ ਜਾਣਾ। ਦੇਖੋ ਬਾਕੀ ਕਿੱਦਾਂ, ਬੱਚਿਆਂ ਲਈ ਬਹੁਤ ਵਧੀਆ ਐਕਸਪੀਰੀਅੰਸ ਆ, ਵੈਸੇ ਖੁਸ਼ ਵੀ ਨੇ ਸਾਰੇ, ਐਕਸਾਈਟਡ ਨੇ। 3, 2, 1, see you later. ਪਾਰਸ ਚੱਲਿਆ ਉੱਧਰੋਂ, ਪਾਰਸ ਦੇ ਦਿਆਂ ਕਿੰਨੀ ਦੂਰ ਤੱਕ ਜਾਂਦਾ ਉੱਧਰ ਅੱਗੇ। ਪਾਰਸ ਗਿਆ ਨੀ ਨਾ, ਹੁਣ ਪਾਰਸ ਗਿਆ। ਅਰਮਾਨ ਸਲਾਈਡ ਕਰਨ ਵਾਲਾ ਆ, ਮੈਂ ਕਿਹਾ ਚੱਲ ਉਹਦੀ ਮਾੜੀ ਵੀਡੀਓ ਬਣਾਈਏ, ਦੇਖੀਏ ਕਿੱਥੇ ਆਉਂਦਾ। ਯਾਰ ਬਹੁਤ ਐਕਟੀਵਿਟੀਜ਼ ਨੇ ਇੱਥੇ ਵੈਸੇ ਕਰਨ ਵਾਲੀਆਂ ਨਾ। ਅਰਮਾਨ ਆਉਣ ਲੱਗੇ ਹੁਣ ਆਹ ਵਾਲੀ ਸਲਾਈਡ 'ਤੇ ਆ ਗਿਆ, ਉਹਨੇ ਪਹਿਲਾਂ ਹੀ ਐਨਕਾਂ ਲਾਈਆਂ, ਉਹਨੇ ਵੀ ਸੇਫਟੀ ਕੌਨਸ਼ੀਅਸ ਬਹੁਤ ਆ ਵੀ ਅਰਮਾਨ। ਅਰਮਾਨ ਮਨੀ ਪਿੱਛੋਂ ਭੱਜ ਕੇ ਆਉਣਾ ਪੈਣਾ ਤੈਨੂੰ, ਦੇਖਦੇ ਵੀ ਜੰਪ ਕਰਕੇ ਆਉਣੀ ਆ ਕਿ ਨਹੀਂ ਤੂੰ ਇੱਧਰ। ਨਹੀਂ ਹੈਂਗ ਨਹੀਂ ਤੂੰ ਹੁੰਦੀ, ਆ ਜਾ ਚੱਲ। 1, 2, 3 ਗੋ ਚੱਲ। ਆ ਕੀ ਸੀ? 1, 2, 3 ਗੋ ਚੱਲ, ਵੈਲ ਡਨ, ਚੱਲ ਉੱਤਰ ਹੁਣ, ਉੱਤਰ ਜਾ। ਪੰਗਾ ਹੀ ਪੈ ਗਿਆ ਸੀ, ਥੱਕ ਗਏ ਹੁਣ ਅਸੀਂ, ਬੈਠ ਕੇ ਮੈਂ ਆਰਾਮ ਕਰ ਲਈਏ ਥੋੜ੍ਹਾ ਜਿਹਾ। ਅਲੀਨ ਕਹਿੰਦੀ ਹੈ ਮੈਂ ਵੀ ਕਰਨਾ, ਉੱਥੇ ਬਹਿ ਗਈ ਉਹ। ਨਹੀਂ ਨਾ, ਕੀ ਕਰਦਾ ਸੀ ਨੀਨਾ? ਨੀਨਾ ਨੇ ਵੀ ਕਰਨਾ, ਕਰਾ ਦਿੰਦੇ ਹਾਂ ਤੈਨੂੰ ਵੀ। ਬੱਚਿਆਂ ਨੂੰ ਟਾਈਡੀ ਅਪ ਕਰਕੇ ਚੱਲੇ ਆ ਹੁਣ, ਪੁਰਾਣੇ ਕੱਪੜੇ ਨਾਲ ਲੈ ਲਏ, ਨਵੇਂ ਉਹਨਾਂ ਨੂੰ ਦੇ ਗਏ ਆ, ਸੁੱਕੇ ਪਾ ਲੈਣਗੇ ਰਾਤ, ਨਿਆਣੇ ਦੇ ਸੁੱਕਣੇ ਪਾਏ ਹੋਏ ਕੱਪੜੇ ਆਉਂਦੇ। ਪਰ ਬੱਚੇ ਤੇ ਕਹਿੰਦੇ ਮੰਮਾ ਸਾਨੂੰ ਨਹਾਉਣ ਦਾ ਕੀ ਫਾਇਦਾ, ਕਹਿੰਦੇ ਅਸੀਂ ਕਦੇ ਸ਼ਾਵਰ 'ਚ
पूल च चले जाना है, कदे असी हाइड्रो स्लाइड कर लेनी आ। सो हुण चलो फ्री छड्डे आ, अपना मस्ती मारन पूरा, है ना, इंजॉय करन। असी निकल लगे और हुण असी भी बेफिक्री हो गए, चले आ घरे। 4-5 घंटे ला ले बहुत, है ना, बच्चों दी सारी एक्टिविटीज़ देख लिया, तुहाडे नाल शेयर हो गई, तो बाकी ऐ करदे आ हुण निकलदे आ। ਘਰੇ ਚੱਲਦੇ ਹਾਂ, ਘਰ ਜਾ ਕੇ ਥੋੜ੍ਹੀ ਰੈਸਟ ਕਰਦੇ ਹਾਂ, ਰਸਤੇ 'ਚ ਕੌਫੀ ਕੂਫੀ ਪੀਂਦੇ ਹਾਂ ਕਿਤੇ ਬਹਿ ਕੇ, ਹੈ ਨਾ, ਕੌਫੀ ਦੀ ਲੋੜ ਆ ਵਾਕਈ। ਹਾਂ, ਐਨਰਜੀ ਡਾਊਨ ਹੋ ਗਈ ਹੈ ਨਾ ਥੋੜ੍ਹੀ ਜਿਹੀ। ਬਾਕੀ ਆਪਾਂ ਵੀਡੀਓ ਨੂੰ ਇੱਥੇ ਕਰਦੇ ਹਾਂ ਫਿਨਿਸ਼, ਅਤੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਮਿਲਦੇ ਹਾਂ ਛੇਤੀ ਉਹ ਨਵੀਂ ਵੀਡੀਓ ਲੈ ਕੇ।